ਪੰਜਾਬੀ ਗਾਇਕਾਂ ਦੇ ਨਾਲ ਜੁੜੇ ਨਿਤ ਨਵੇਂ ਵਿਵਾਦ ਸਾਹਮਣੇ ਆ ਰਹੇ ਨੇ। ਨਵਾਂ ਮਾਮਲਾ ਪੰਜਾਬੀ ਗਾਇਕਾ ਜਸਵਿੰਦਰ ਬਰਾੜ ਦੇ ਨਾਲ ਜੁੜਿਆ ਸਾਹਮਣੇ ਆਇਆ। ਗਾਇਕਾ ਜਸਵਿੰਦਰ ਬਰਾੜ ਦੇ ਖਿਲਾਫ ਇੱਕ ਨਿੱਜੀ ਚੈਨਲ ਤੇ ਸ਼੍ਰੀ ਰਾਮ ਚੰਦਰ ਜੀ ਦੇ ਪਿਤਾ ਰਾਜਾ ਦਸ਼ਰਥ ਨੂੰ ਲੈ ਕੇ ਵਿਵਾਦਿਤ ਟਿੱਪਣੀ ਕਰਨ ਦੇ ਇਲਜ਼ਾਮ ਲੱਗੇ ਨੇ ਤੇ ਇਸ ਨੂੰ ਲੈ ਕੇ ਹਿੰਦੂ ਜਥੇਬੰਦੀਆਂ ਨੇ ਗਾਇਕਾ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ। ਹਿੰਦੂ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਗਾਇਕਾ ਦੀ ਟਿੱਪਣੀ ਦੇ ਨਾਲ ਉਹਨਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤੇ ਇਸ ਦੇ ਲਈ ਗਾਇਕਾ ਦੇ ਖਿਲਾਫ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਇਸ ਨੂੰ ਲੈ ਕੇ ਹਿੰਦੂ ਜਥੇਬੰਦੀਆਂ ਦੇ ਇੱਕ ਵਫਦ ਨੇ ਪੁਲਿਸ ਪ੍ਰਸ਼ਾਸਨ ਨੂੰ ਮੰਗ ਪੱਤਰ ਦਿੰਦਿਆਂ ਗਾਇਕਾ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਜਥੇਬੰਦੀਆਂ ਨੇ ਕਾਰਵਾਈ ਨਾ ਹੋਣ ਤੇ ਸੰਘਰਸ਼ ਵਿੱਢਣ ਦੀ ਚੇਤਾਵਨੀ ਵੀ ਦਿੱਤੀ ਹੈ। ਅੱਜ ਜਿਹੜਾ ਮਸਲਾ ਵਾ ਜੀ, ਇੱਕ ਪੰਜਾਬੀ ਸਿੰਗਰ ਆ ਜਸਵਿੰਦਰ ਬਰਾੜ ਕਰਕੇ, ਜਿਹਨੇ ਆਪਣੀ ਇੱਕ ਪ੍ਰੈਸ ਵਾਰਤਾ ਦੇ ਦੌਰਾਨ ਜਿਹੜਾ ਇੱਕ ਨਿੱਜੀ ਚੈਨਲ ਦੇ ਇੰਟਰਵਿਊ ਦੌਰਾਨ ਉਹਨੇ ਇੱਕ ਗੱਲ ਕਹੀ ਆ ਜਿਹੜੀ ਕਿ ਬਹੁਤ ਹੀ ਮਨਭਾਗੀ ਅਤੇ ਇੱਕ ਮਨਘੜਤ ਹੈ। ਉਹਨੇ ਇੰਟਰਵਿਊ ਦੌਰਾਨ ਇੱਕ ਗੱਲ ਕਹੀ ਹੈ, ਕਹਿੰਦੀ ਜਿਹੜੇ ਪ੍ਰਭੂ ਸ਼੍ਰੀ ਰਾਮ ਹੋਏ ਆ, ਪ੍ਰਭੂ ਸ਼੍ਰੀ ਰਾਮ ਜੀ ਦੇ ਪਿਤਾ ਜੀ ਆ ਰਾਜਾ ਦਸ਼ਰਥ ਜੀ, ਉਹਨਾਂ ਦੇ ਬਾਰੇ ਉਹਨੇ ਇੱਕ ਗੱਲ ਕਹੀ ਆ, ਕਹਿੰਦੀ ਜੀ ਕਿ ਰਾਜਾ ਦਸ਼ਰਥ ਜੀ ਆ ਜਿਹੜੀ ਉਹਨਾਂ ਦੀ ਮ੍ਰਿਤਿਊ ਹੋਈ ਆ ਉਹ ਇੱਕ ਮਹਿਲ ਤੋਂ ਡਿੱਗ ਕਰਕੇ ਹੋਈ ਹੈ। ਅਸੀਂ ਤਾਂ ਬੀਬੀ ਕੋਲ ਪੁੱਛਣਾ ਚਾਹੁੰਦੇ ਹਾਂ ਕਿ ਬੀਬਾ ਜੀ, ਤੁਹਾਨੂੰ ਕੋਈ ਰਾਮਾਇਣ ਬਾਰੇ ਪਤਾ ਵਾ ਜਾਂ ਤੁਸੀਂ ਰਾਮਾਇਣ ਪੜ੍ਹੀ ਹੈ? ਜੇ ਤੁਸੀਂ ਪੜ੍ਹੀ ਨਹੀਂ ਹੈ, ਸਿਰਫ ਇੱਕ ਕਿਸੇ ਦੀ ਲਿਖਤ ਕਰਕੇ ਤੁਸੀਂ ਇੱਕ ਧਰਮ ਦੇ ਬਾਰੇ ਟਿੱਪਣੀ ਕਰ ਦਿੱਤੀ ਹੈ, ਇਹ ਤੁਹਾਨੂੰ ਇਹ ਚੀਜ਼ ਸ਼ੋਭਾ ਨਹੀਂ ਦਿੰਦੀ। ਸਿੱਧੂ ਮੂਸੇਵਾਲੇ ਦੀ ਜਿਹੜੀ ਹੱਤਿਆ ਦੇ ਨਾਲ ਉਹ ਕੰਪੈਰੀਜ਼ਨ ਕਰਦੀ ਪਈ ਹੈ, ਜਦਕਿ ਉਹ ਘਟਨਾ ਸੀਗੀ ਕਿ ਜਿਸ ਵੇਲੇ ਰਾਮਚੰਦਰ ਜੀ ਬਨਵਾਸ ਗਏ ਸੀ ਕਿ ਉਹਨਾਂ ਦੇ ਪਿਤਾ ਦੀ ਜਿਹੜੀ ਮ੍ਰਿਤਿਊ ਹੋਈ ਹੈ, ਇਹ ਕੀ ਕੰਪੈਰੀਜ਼ਨ ਕਰਦੀ ਪਈ ਹੈ? ਕਿਹੜੇ ਨਾਲ ਤੁਲਨਾ ਕਰਦੀ ਪਈ ਹੈ? ਇੱਕ ਆਮ ਇਨਸਾਨ ਦੇ ਨਾਲ, ਇੱਕ ਸਾਡੇ ਪਰਮਾਤਮਾ ਸਾਡੇ ਇਸ਼ਟਾਂ ਦੇ ਨਾਲ ਉਹ ਇਸ ਚੀਜ਼ ਦੀ ਤੁਲਨਾ ਕਰਦੀ ਪਈ ਹੈ ਜਿਹੜਾ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ। ਕਿ ਸਾਡੇ ਜਿਹੜੇ ਰਾਮਚੰਦਰ ਜੀ ਉਹਨਾਂ ਦੇ ਪਿਤਾ ਰਾਜਾ ਦਸ਼ਰਥ ਜੀ ਬਾਰੇ ਬਹੁਤ ਹੀ ਗਲਤ ਟਿੱਪਣੀ ਕੀਤੀ ਗਈ ਹੈ ਅਤੇ ਜੋ ਕਿ ਹਿੰਦੂ ਧਰਮ ਅਤੇ ਬਾਕੀ ਵੀ ਸਮਾਜ ਬਿਲਕੁਲ ਕੋਈ ਵੀ ਬਰਦਾਸ਼ਤ ਨਹੀਂ ਕਰੇਗਾ, ਕਿਉਂਕਿ ਆਏ ਦਿਨ ਇੱਦਾਂ ਦੀਆਂ ਜਿਹੜੀਆਂ ਚੀਜ਼ਾਂ ਨੇ ਆਪਣੇ ਆਪ ਨੂੰ ਪਬਲਿਸਿਟੀ ਲੈਣ ਦੇ ਵਾਸਤੇ ਬੋਲੀਆਂ ਜਾ ਰਹੀਆਂ ਨੇ। ਅੱਜ ਅਸੀਂ DCP ਲੋਅ ਐਂਡ ਆਰਡਰ ਜਿਹੜੇ ਅੰਮ੍ਰਿਤਸਰ ਦੇ ਨੇ ਉਹਨਾਂ ਕੋਲ ਆਏ ਹਾਂ ਤਾਂ ਕਿ ਇਹਦੇ 'ਤੇ ਜਿਹੜੇ ਜਲਦੀ ਤੋਂ ਜਲਦੀ ਜਿਹੜੀ FIR ਦਰਜ ਕੀਤੀ ਜਾਏ। ਮੇਰਾ ਨਾਮ ਅਮਿਤ ਅਬਰੋਲ ਹੈ, ਵਿਸ਼ਵ ਹਿੰਦੂ ਪਰਿਸ਼ਦ ਜ਼ਿਲ੍ਹਾ ਮੱਠ ਮੰਦਿਰ ਦੀ ਮੇਰੇ ਕੋਲ ਜ਼ਿੰਮੇਵਾਰੀ ਹੈ। ਜਿਹੜਾ ਅੱਜ ਦਾ ਵਾਕਿਆ ਸ਼੍ਰੀ ਰਾਮਚੰਦਰ ਜੀ ਦੇ ਜਿਹੜੇ ਪਿਤਾ ਰਾਜਾ ਦਸ਼ਰਥ ਜੀ ਬਾਰੇ ਗਲਤ ਸ਼ਬਦਾਵਲੀ ਬੋਲੀ ਗਈ ਹੈ, ਜਸਵਿੰਦਰ ਬਰਾੜ ਜਿਹੜੇ ਮੈਡਮ ਹੈ ਉਹਨਾਂ ਦੀ ਆਪਾਂ ਕਾਰਵਾਈ ਅੱਜ DCP ਸਾਹਿਬ ਨੂੰ ਦਿੱਤੀ ਹੈ। ਜਲਦੀ ਮੰਗ ਕਰਦੇ ਹਾਂ ਵਿਸ਼ਵ ਹਿੰਦੂ ਪਰਿਸ਼ਦ ਵੱਲੋਂ ਔਰ ਸਾਰੀ ਜਥੇਬੰਦੀਆਂ ਵੱਲੋਂ ਇੱਥੇ ਪਰਚਾ ਦਰਜ ਕਰਕੇ ਇੱਥੋਂ ਅਰੈਸਟ ਕੀਤਾ ਜਾਵੇ। ਜੇ ਮੰਗ ਨਹੀਂ ਪੂਰੀ ਹੁੰਦੀ, ਵਿਸ਼ਵ ਹਿੰਦੂ ਪਰਿਸ਼ਦ ਔਰ ਵਾਲਮੀਕਿ ਸਮਾਜ ਔਰ ਸਾਰੀ ਜਥੇਬੰਦੀਆਂ ਪੰਜਾਬ ਦੇ ਉੱਤਰ ਵੱਡੇ ਪੱਧਰ ਦੇ ਉੱਪਰ ਧਰਨਾ ਪ੍ਰਦਰਸ਼ਨ ਕੀਤਾ ਜਾਏਗਾ। ਇਹਦੀ ਮੰਗ ਇਹੀ ਹੈ ਕਿ ਜਲਦੀ ਜਲਦੀ ਇਹਨੂੰ ਗ੍ਰਿਫਤਾਰ ਕੀਤਾ ਜਾਵੇ।